ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਨਾਲ ਸਾਡੀ ਸ਼ਾਮ ਦੀ ਰੂਟੀਨ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਸ਼ਾਮ ਨੂੰ ਜੋ ਵੀ ਦਾਲ ਸਬਜ਼ੀ ਬਣਦੀ ਹੈ ਉਹਦੇ ਵਾਸਤੇ ਚੁੱਲ੍ਹੇ 'ਚ ਅੱਗ ਮਚਾਉਂਦੇ ਹਾਂ। ਇਹ ਸ਼ਾਮ ਨੂੰ ਅਸੀਂ ਕੋਈ ਵੀ ਦਾਲ ਸਬਜ਼ੀ ਬਣਾ ਲੈਂਦੇ ਹਾਂ, ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਤਰੀ ਵਾਲੀ ਸਬਜ਼ੀ ਪਸੰਦ ਕਰਦੇ ਨੇ ਸ਼ਾਮ ਨੂੰ ਖਾਣਾ ਜਾਂ ਦਾਲ, ਅਤੇ ਬੱਚੇ ਆਪਣੀ ਡਿਮਾਂਡ ਰੱਖਦੇ ਨੇ, ਜਿਵੇਂ ਉਹ ਕਹਿੰਦੇ ਨੇ ਉਹੀ ਚੀਜ਼ ਬਣਾ ਲੈਂਦੇ ਹਾਂ, ਬਹੁਤ ਘੱਟ ਖਾਂਦੇ ਨੇ। ਅਸੀਂ ਆਪਣੀ ਫੈਮਿਲੀ ਨਾਲ ਇੱਕ ਦਿਨ ਤੁਹਾਡੀ ਇੰਟਰੋਡਕਸ਼ਨ ਜ਼ਰੂਰ ਕਰਵਾਵਾਂਗੇ। ਇਹ ਮੰਮੀ ਨੇ, ਇਹਨਾਂ ਨੂੰ ਸਿਲਾਈ ਕਰਨੀ ਬਹੁਤ ਪਸੰਦ ਹੈ ਅਤੇ ਬੜੇ ਖੁਸ਼ ਹੋ ਕੇ ਸਿਲਾਈ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਮੈਡਮ ਕੁਕਿੰਗ ਕਰਦੇ ਨੇ ਉਹ ਮੇਰੇ ਵੱਡੇ ਦੀਦੀ ਨੇ, ਉਹਨਾਂ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ। ਬੱਚੇ ਸ਼ਾਮ ਨੂੰ ਟਿਊਸ਼ਨ ਗਏ ਹੋਏ ਨੇ, ਨਹੀਂ ਤਾਂ ਵਿੱਚ ਤੁਹਾਨੂੰ ਮਸਤੀ ਕਰਦੇ ਉਹ ਵੀ ਨਜ਼ਰ ਆਉਂਦੇ। ਤੁਸੀਂ ਹਮੇਸ਼ਾ ਪੁੱਛਦੇ ਹੁੰਦੇ ਹੋ ਵੀ ਜਿਹੜੀ ਵੀਡੀਓ ਬਣਾਉਂਦੀ ਹੈ ਉਹ ਕੌਣ ਹੈ, ਉਹ ਇਹ ਕੁਕਿੰਗ ਵਾਲੇ ਜਿਹੜੇ ਦੀਦੀ ਨੇ, ਮੈਂ ਉਹਨਾਂ ਦੀ ਛੋਟੀ ਭੈਣ ਹਾਂ। ਇਹ ਮੇਰੀ ਦੀਦੀ ਕੋਲ ਤਿੰਨ ਬੱਚੇ ਨੇ, ਸਭ ਤੋਂ ਵੱਡੀ ਬੇਟੀ ਹੈ ਜਿਹੜੀ ਉਹ 10th ਕਲਾਸ 'ਚ ਹੈ, ਅਤੇ ਉਸ ਤੋਂ ਛੋਟੀ 5th ਅਤੇ 7th 'ਚ ਹੈ,
ਬੇਟਾ ਬੇਟੀ ਜਿਹੜੀ ਤੁਸੀਂ ਦੇਖਦੇ ਹੁੰਦੇ ਹੋ, ਅਤੇ ਸਭ ਤੋਂ ਵੱਡੀ ਬੇਟੀ ਹੈ ਜਿਹੜੀ, ਉਹ ਨਹੀਂ ਆਉਂਦੀ ਕੈਮਰੇ 'ਚ ਵੀਡੀਓ 'ਚ, ਪਰ ਕਦੇ ਕਦੇ ਜਦੋਂ ਉਹੀ ਵੀਡੀਓ ਬਣਾਉਂਦੀ ਹੈ ਤਾਂ ਉਹੀ ਬੋਲਦੀ ਹੈ। ਇਹ ਆਪਣਾ ਘਰ ਅਮਰੂਦ ਲੱਗਿਆ ਹੋਇਆ, ਅਤੇ ਇਹਨੂੰ ਬੜੇ ਮਿੱਠੇ ਅਮਰੂਦ ਲੱਗਦੇ ਨੇ। ਬਾਕੀ ਸਬਜ਼ੀਆਂ ਆਪਣੀਆਂ ਖੇਤਾਂ 'ਚ ਹੁੰਦੀਆਂ ਨੇ, ਦੇਖੋ ਕਿੰਨੇ ਸੋਹਣੇ ਬੜੇ ਬੜੇ ਪੱਕੇ ਪੱਕੇ ਅਮਰੂਦ ਨੇ। ਕਾਲਾ ਲੂਣ ਮਿਰਚ ਪਾ ਕੇ, ਅਮਚੂਰਨ ਪਾ ਕੇ ਬੜੀ ਵਧੀਆ ਚਾਟ ਬਣਦੀ ਹੈ ਇਹਨਾਂ ਦੀ। ਜ਼ਿਆਦਾ ਪੱਕੇ ਨੀਚੇ ਗਿਰ ਜਾਂਦੇ ਨੇ। ਦੇਖੋ ਭਰਿਆ ਪਿਆ ਅਮਰੂਦਾਂ ਨਾਲ। ਧੋ ਕੇ ਬੇਟਾ, ਧੋ ਕੇ ਕੱਟ ਕੇ, ਕਾਲਾ ਨਮਕ ਲਗਾ ਕੇ, ਮਿਰਚ। ਇਹ ਆਪਣੀ ਮੱਝ ਤਾਜ਼ੀ ਸੂਈ ਹੋਈ ਹੈ, ਇਹ ਇਹਦਾ ਛੋਟਾ ਜਿਹਾ ਕੱਟਾ, ਇਸ ਕਰਕੇ ਇਹ ਭੱਜਦੀ ਹੈ। ਬਾਲਟੀ
ਗੁੰਨੂ ਬਾਲਟੀ ਲਿਆ ਦਾਦੀ ਤੋਂ, ਪਾਣੀ ਲਿਆਈ ਵਿੱਚ ਪਵਾ ਕੇ, ਪਾਣੀ ਪਵਾ ਲਿਆਈ ਵਿੱਚ, ਕਰਦੀ ਇਹ ਕੱਟਾ ਦੋ ਕੁ ਦਿਨ ਦਾ ਹੀ ਹੈ, ਇਸ ਕਰਕੇ ਇਹਨੂੰ ਅੱਧੇ ਤੋਂ ਜ਼ਿਆਦਾ ਦੁੱਧ ਪਿਲਾਉਂਦੇ ਹਾਂ। ਮੰਮਾ ਨੂੰ ਫੜਾ ਦੋ, ਇਹ ਦੇਖੋ ਸ਼ਰਾਰਤੀ ਬੱਚੇ ਟਿਕਦੇ ਕੋਈ ਨਹੀਂ। Thank you.
ਇਹ ਪਹਿਲੇ ਸੂਏ ਹੈ ਅਤੇ ਦੋ ਦਿਨ ਇਹਨੂੰ ਸੂਈ ਨੂੰ ਹੋਏ ਨੇ, ਇਸ ਕਰਕੇ ਥੋੜ੍ਹਾ ਇਹ ਐਵੇਂ ਜਿਹੀ ਕਰਦੀ ਹੈ। ਗੁੰਨੂ ਪੇਟ ਦੁਖਣ ਲੱਗ ਜਾਣਾ, ਉੱਤਰ ਨੀਚੇ। ਆਪਣੀਆਂ ਹੋਰ ਮੱਝਾਂ ਹਲੇ ਅੰਦਰ ਖੜੀਆਂ ਨੇ ਅਤੇ ਘਰ ਦੇ ਆਏ ਨਹੀਂ ਹੈਗੇ, ਅੱਜ ਕੰਮ ਗਏ ਹੋਏ ਨੇ। ਹੁਣ ਆਪਣੀ ਧਾਰ ਨਿਕਲ ਚੁੱਕੀ ਹੈ ਅਤੇ ਆਪਾਂ ਦੁੱਧ ਨੂੰ ਹੁਣ ਇਹਨੂੰ ਉਬਾਲੀ ਦੇਵਾਂਗੇ ਅਤੇ ਫਿਰ ਇਹਦਾ ਦਹੀਂ ਬਣਾਵਾਂਗੇ ਅਤੇ ਪਨੀਰ ਫਾੜਾਂਗੇ ਬੱਚਿਆਂ ਦੀ ਸਬਜ਼ੀ ਲਈ। ਇਹ ਦੇਖੋ ਆਪਾਂ ਜਿਹੜੀ ਧਾਰ ਕੱਢ ਕੇ ਲਿਆਏ ਸੀ ਉਹ ਦੁੱਧ ਹੁਣ ਆਪਾਂ ਨੇ ਚੁੱਲ੍ਹੇ 'ਤੇ ਰੱਖਤਾ ਉਬਾਲੀ ਵਾਸਤੇ ਅਤੇ ਫਿਰ ਇਸ ਦੁੱਧ ਨੂੰ ਫਾੜ ਕੇ ਪਨੀਰ ਬਣਾਵਾਂਗੇ। ਬੱਚਿਆਂ ਦੀ ਡਿਮਾਂਡ 'ਤੇ ਹੁਣ ਆਪਾਂ ਸੁੱਕਾ ਪਨੀਰ ਬਣਾਉਣ ਲੱਗੇ ਹਾਂ। Allah 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 Allah
ਇੱਕ ਚਮਚ ਆਪਾਂ ਇਸ ਜੀਰੇ ਦਾ ਪਾ ਦਾਂਗੇ ਅਤੇ ਨਾਲ ਹੀ ਬਹੁਤ ਪਿਆਜ਼ ਪਾ ਦਾਂਗੇ। ਪਿਆਜ਼ ਬਹੁਤ ਜ਼ਿਆਦਾ ਨਹੀਂ ਭੁੰਨਦੇ, ਇਹ ਪਨੀਰ ਦੀ ਭੁਰਜੀ 'ਚ ਹਲਕੇ ਬਰਾਊਨੀ ਚੱਲ ਜਾਂਦੇ ਨੇ। ਅਤੇ ਨਾਲ ਹੀ ਫਿਰ ਪਨੀਰ 'ਤੇ ਆਪਾਂ ਇਹ ਸ਼ਿਮਲਾ ਮਿਰਚ ਕੱਦੂਕਸ ਕੀਤੀ ਹੋਈ ਹੈ, ਹਰੀਆਂ ਮਿਰਚਾਂ ਕੱਟੀਆਂ ਹੋਈਆਂ ਨੇ, ਇਹ ਪਾ ਕੇ ਆਪਣੀ ਸੁੱਕੇ ਪਨੀਰ ਦੀ ਸਬਜ਼ੀ ਬਣਾਉਣੀ। ਸ਼ਾਮ ਦੀ ਰੂਟੀਨ ਆਪਾਂ ਨੂੰ ਕਰਦੇ ਕਰਦੇ ਥੋੜ੍ਹਾ ਹਨੇਰਾ ਹੋਣ ਲੱਗ ਗਿਆ, ਇਹ ਦੇਖੋ ਕਿੰਨੀ ਵਧੀਆ ਸੁੱਕੇ ਪਨੀਰ ਦੀ ਸਬਜ਼ੀ ਬਣ ਗਈ। ਮੈਂ ਦਰਵਾਜ਼ਾ ਖੋਲ੍ਹ ਦਿਓ, ਰਹਿਣ ਦਿਓ, ਲੈਟ ਦਰਵਾਜ਼ਾ ਖੋਲ੍ਹ ਦਿਓ। ਦੇਖ ਲੈ ਉਹਨੇ ਆਏ ਤੇਰੇ ਚਾਚ ਹਾਂ
ਦਾਦੀ ਨੂੰ ਹੋਰ ਰੋਟੀ ਦੇ ਦਿਓ ਬੇਟਾ। ਅਤੇ ਆਪਣੀ ਪਾ ਕੇ ਲੈ ਜਾਓ। ਅਤੇ ਸਾਡੇ ਬੱਚੇ ਆਪਣੀ ਰੋਟੀ ਆਪ ਹੀ ਪਾ ਕੇ ਖਾ ਲੈਂਦੇ ਨੇ। ਚਲੋ ਠੀਕ ਹੈ ਜੀ, ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।